ਘਮਾ ਦੇਵੇ ਗੇਮ ਗੱਭਰੂ ਨੂੰ ਹੁਕਮ ਦਾ ਯੱਕਾ ਕਹਿੰਦੇ ਆ ਬੰਨ ਬੰਨ ਅੱਖਾਂ ਮਰਦਾ ਨਿਸ਼ਾਨੇ ਨਿਸ਼ਾਨ ਚੀ ਪੱਕਾ ਕਹਿੰਦੇ ਆ ਹੁਣ ਭੋਰਨੇ ਆ ਦੰਦ ਵੈਰੀਆਂ ਦੇ ਲੱਗੀ ਫੁੱਟ ਦੀ ਜ਼ਬਾਨ ਆ ਫਿਕਰ ਪਿਆ ਨੇਰੀਆਂ ਨੂੰ ਵੇਖ ਆਉਂਦਾ ਚੜਿਆ ਤੂਫਾਨ ਆ ਹੁਣ ਖੁੱਲ ਗਿਆ ਸਾਣ ਪਾਊਗਾ ਖਿਲਾਰੇ ਕਹਿੰਦੀ ਉੱਡੀ ਉੱਡੀ ਮੈਂ ਵੀ ਸੁਣੀ ਇੱਕ ਗੱਲ ਟੋਚ ਨਾਲੇ ਜੱਟ ਆ ਗਏ ਚੜ ਕੇ ਦੁਬਾਰ ਇੱਦਾਂ ਹੁੰਦੀਆਂ ਮਿਹਨਤਾਂ ਦਿਨੇ ਸ਼ੂਟਿੰਗਾਂ ਤੇ ਰਾਤ ਨੂੰ ਐਡੀਟਿੰਗਾਂ ਮੈਂ ਨਾ ਫੁਟੇਜ ਨਹੀਂ ਦਿਖਾਣੀ ਹੈ ਮਾੜੀ ਦਿਖਾ ਦਈ ਨਾ 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 ਮੂਸ ਟੇਪ ਨੇ ਚਰਚਾ ਦਾ ਵਿਸ਼ਾ ਕੋਈ ਐਲਬਮ ਹੈ ਤਾਂ ਉਹ ਹੈ ਸਿੱਧੂ ਮੂਸੇਵਾਲੇ ਦੀ ਐਲਬਮ ਮੂਸ ਟੇਪ। ਰਿਲੀਜ਼ ਤੋਂ ਤਕਰੀਬਨ 2 ਮਹੀਨੇ ਪਹਿਲਾਂ ਹੀ ਐਲਬਮ ਦਾ ਇੰਨਾ ਜ਼ਿਆਦਾ ਕਰੇਜ਼ ਪੈਦਾ ਹੋ ਗਿਆ ਕਿ ਫੈਨਸ ਦੇ ਨਾਲ ਵਿਰੋਧੀ ਵੀ ਧਾਕ ਲਈ ਬੈਠੇ ਸਨ ਕਿ ਇਹੋ ਜਿਹੇ ਐਲਬਮ ਵਿੱਚ ਕੀ ਹੋ ਸਕਦਾ ਹੈ। ਹਾਲਾਂਕਿ ਫੈਨਸ ਨੂੰ ਸਿੱਧੂ ਦੀ ਇਸ ਐਲਬਮ ਲਈ ਬਹੁਤ ਹੀ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ, ਪਰ ਸਿੱਧੂ ਦੇ ਕਹਿਣ ਅਨੁਸਾਰ ਕਿ ਜਿੰਨਾ ਜ਼ਿਆਦਾ ਇੰਤਜ਼ਾਰ ਤੇ ਉਸਦਾ ਫਲ ਵੀ ਉਨਾ ਹੀ ਮਿੱਠਾ ਹੋਵੇਗਾ। ਅਤੇ ਐਲਬਮ ਦੀ ਫਸਟ ਲੁੱਕ ਅਤੇ ਟ੍ਰੇਲਰ ਨੂੰ ਦੇਖ ਕੇ ਵੀ ਬਿਲਕੁਲ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਇਸ ਵਾਰ ਇਹ ਐਲਬਮ ਸਾਰੇ ਪਿਛਲੇ ਰਿਕਾਰਡ ਤੋੜ ਦੇਵੇਗੀ। ਦੱਸ ਦਈਏ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਐਲਬਮ ਦੇ ਕਈ ਰਿਕਾਰਡ ਬਣਨੇ ਵੀ ਸ਼ੁਰੂ ਹੋ ਗਏ ਹਨ ਜੋ ਕਿ ਪਹਿਲਾਂ ਕਿਸੇ ਵੀ ਪੰਜਾਬੀ ਕਲਾਕਾਰ ਵੱਲੋਂ ਨਹੀਂ ਦੇਖੇ ਗਏ। ਕਿਉਂਕਿ ਦੋਸਤੋ, ਜੇਕਰ ਅੱਜ ਕੋਈ ਵੀ ਜਣਾ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਪਾਵਰ ਨੂੰ ਨਾ ਮੰਨਦਾ ਹੋਵੇ ਤਾਂ ਉਸ ਦੀ ਨਿੱਜੀ ਰਾਏ ਹੋ ਸਕਦੀ ਹੈ, ਪਰ ਸੋਸ਼ਲ ਮੀਡੀਆ ਅੱਜ ਸਭ ਤੋਂ ਵੱਡਾ ਪਲੇਟਫਾਰਮ ਬਣ ਚੁੱਕਿਆ ਕਿਸੇ ਵੀ ਕਲਾਕਾਰ ਲਈ। ਤੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਸਿੱਧੂ ਦੀ ਇਸ ਐਲਬਮ ਦੀ ਚਰਚਾ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਦੇਖੀ ਜਾ ਰਹੀ ਹੈ, ਉੱਥੇ ਹੀ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਵੀ ਸਿੱਧੂ ਨੇ ਰਿਕਾਰਡ ਬਣਾ ਦਿੱਤੇ। ਜੀ ਹਾਂ, ਟਵਿੱਟਰ ਉੱਪਰ ਇਸ ਸਮੇਂ ਹੈਸ਼ਟੈਗ ਮੂਸਟੇਪ ਟ੍ਰੈਂਡਿੰਗ ਵਿੱਚ ਚੱਲਦਾ ਹੋਇਆ ਦਿਖਾਈ ਦੇ ਰਿਹਾ, ਜੋ ਕਿ ਕਿਸੇ ਵੀ ਪੰਜਾਬੀ ਕਲਾਕਾਰ ਲਈ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ। ਪ੍ਰੋਪਰ ਐਲਬਮ ਕੱਢਾਂਗੇ ਤੇ ਤੱਕ ਤੱਕ ਪਾ ਦੇਣੀ ਆ, ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਤੇ ਕੋਈ ਜਿੰਨਾ ਚਿਰ ਤੁਸੀਂ ਮੇਰੇ ਨਾਲ ਲਓ, ਪਰ ਆਪਾਂ ਸਾਰੇ ਗਾਣੇ ਨਵੇਂ ਤਰੀਕੇ ਨਾਲ ਨਵੀਂ ਲੈ ਨਵੇਂ ਸੁਰਤਾਲ ਚ ਕਰਾਂਗੇ, ਤੇ ਉਮੀਦ ਆ ਗਾ ਵੀ ਉਹ ਵੀ ਤੁਹਾਨੂੰ ਘੈਂਟ ਲੱਗਣਗੇ। ਦੋਸਤੋ, ਹਰ ਵਾਰ ਕਿਤੇ ਨਾ ਕਿਤੇ ਸਿੱਧੂ ਨਾਲ ਖੁਦ ਦਾ ਮੁਕਾਬਲਾ ਕਰਨ ਵਾਲੇ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਗਾਇਕ ਕਰਨ ਔਜਲੇ ਵੱਲੋਂ 16 ਮਈ ਨੂੰ ਗਾਣਾ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ, ਕਿਉਂਕਿ 15 ਮਈ ਨੂੰ ਸਿੱਧੂ ਆਪਣੇ ਮਾਤਾ ਜੀ ਦੇ ਜਨਮ ਦਿਨ ਤੇ ਐਲਬਮ ਰਿਲੀਜ਼ ਕਰਨ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਕਿ ਔਜਲਾ ਇਸ ਵਾਰ ਜਾਣਬੁੱਝ ਕੇ ਮੁਕਾਬਲੇ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਿੱਧੂ ਦੀ ਮੂਸਟੇਪ ਐਲਬਮ, ਜਿਸ ਨੇ ਕਿ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਟਵਿੱਟਰ ਤੇ ਵੀ ਟ੍ਰੈਂਡਿੰਗ ਹੋ ਕੇ ਦਿਖਾ ਦਿੱਤਾ ਕਿ ਮੁਕਾਬਲਾ ਤਾਂ ਦੂਰ, ਇਸ ਵਾਰ ਰਿਕਾਰਡ ਵੀ ਨੇੜੇ ਨਹੀਂ ਲੱਗਣ ਦੇਣਗੇ। ਟਵਿੱਟਰ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਕਿਹਾ ਜਾ ਸਕਦਾ ਹੈ ਜਿਸ ਤੇ ਟ੍ਰੈਂਡਸ ਵੀ ਫੇਕ ਬਹੁਤ ਘੱਟ ਹੁੰਦੇ ਹਨ ਤੇ ਔਰਗੈਨਿਕ ਹੀ ਦੇਖੇ ਜਾਂਦੇ ਹਨ, ਤੇ ਇਸ ਵਾਰ ਕੋਈ ਦੂਸਰਾ ਪੇਡ ਪ੍ਰਮੋਸ਼ਨ ਦੇ ਇਲਜ਼ਾਮ ਵੀ ਨਹੀਂ ਲਗਾ ਸਕਦਾ। ਸਿੱਧੂ ਦੇ ਫੈਨਸ ਦਾ ਵੀ ਕਹਿਣਾ ਕਿ ਇਸ ਵਾਰ ਐਲਬਮ ਦੇ ਜ਼ਿਆਦਾਤਰ ਗਾਣੇ ਅਸਲੀ ਬਾਏ ਕਰਕੇ ਹੀ ਸੁਣਨੇ ਚਾਹੀਦੇ ਹਨ ਤਾਂ ਕਿ ਐਲਬਮ ਨੂੰ ਬਿਲਬੋਰਡ ਤੇ ਲਿਆਇਆ ਜਾ ਸਕੇ। ਤੇ ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਜਿਸ ਹਿਸਾਬ ਨਾਲ ਸਿੱਧੂ ਦੀ ਮੂਸਟੇਪ ਐਲਬਮ ਦੀ ਹਾਈਪ ਬਣ ਚੁੱਕੀ ਹੈ ਤਾਂ ਕੀ ਇਹ ਐਲਬਮ ਬਿਲਬੋਰਡ ਤੇ ਆਪਣਾ ਨਾਮ ਦਰਜ ਜ਼ਰੂਰ ਕਰਵਾ ਸਕਦੀ ਹੈ ਜਾਂ ਨਹੀਂ? ਇਸ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।